दोस्तों, आज असी पंजाब की तारीख के सफर का पड़ा ते पड़ा तय करते हुए बुजुर्ग ताज मुहम्मद नाल बैठे हैं। इस वेले असी फतेहपुर च बैठे हैं, बीकन लाइट पब्लिक स्कूल। ताज मुहम्मद साहब इस वेले 80-82 साल के पेटे च है। इन्हों का जोड़ा जद्दी पिंड है, जम्मण भौम है, वो माछी के ज़िला मोगा, तहसील भी मोगा, वो पिंड है इन्हों का। तो इस वेले चूनिया च बैठे है, घर बार इन्हों का, चूनिया तहसील ज़िला लाहौर, जिला कसूर। ज़िला कसूर। तो ज़िला मोगा के नाल मेरी भी एक निस्बत है कि 2001 जदों साउथ एशियन फ्रटर्निटी का सार्क मुल्क का यूथ कैंप लगा, तो जिला मोगा का ही एक पिंड ढूडी किश लगा सी, लाला लाजपत राय कॉलेज। तो मेरिया भी यादा उस पिंड के नाल आया सी। जसवंत सिंह कंवल जोड़े पंजाबी नावल के बड़े बड़ा उच्चा तो सुचा नाँ है, अगां वधू लहर के बड़े खूबसूरत राइटर है। तो उस पिंड दे विच 3 दिन रहे, 3 रातां रहे, नाल गुरद्वारा महत्याणा साहब उत्थे गए। जगरावां दे विचों दी गुजर के मेरा एक दोस्त सी चरणजीत सिंह, अजकल पता नहीं कित्थे है, उहदे नाल मैं उहनां दे रिश्तेदारां दे पिंड भी गया। तो अमरजीत ढिल्लों मेरा दोस्त है, बड़ा प्यारा, अजकल कनेडा च हुंदा, कुरुक्षेत्र यूनिवर्सिटी चों पंजाबी दा प्रोफैसर रहा। उहदे नाल भी बहुत सारियां यादां सांझियां। मास्टर हरी सिंह दे घर असीं एक रात रहे, तो उम्मीद करदा उहनां दा परिवार सारा ठीक ठाक होएगा। ज्योति उहनां दी बेटी का नाम ज्योति सी, बहुत अच्छी लड़की सी। ते अज सारियां यादां जिहड़ियां इह बजुर्गां नूं मिल के मेरियां भी ताज़ा हो गईयां, ते इहनां दीयां यादां तां मेरे तों वी ज़्यादा खिलार वालियां, रुसत वालियां है। ते अज असीं पंजाब दी तारीख ते इस सफ़र 'च इहनां दे नाल गल्लबात करन लई इत्थे बैठे हैं। ते असीं गल शुरू करिए जी तुहाडे अपना जमपल तों, तुहाडे खानदान बारे। खानदान तुहाडा किस तरह दा सी, उहदे 'च किहड़े किहड़े लोक सी, उहदा बैकग्राउंड की सी, जरा इहदे बारे दस्सो। ਮੇਰੇ ਦਾਦਾ ਜੀ ਜ਼ਿਮੀਂਦਾਰਾ ਕਰਦੇ ਸਨ, ਅਤੇ ਅੱਬਾ ਜੀ ਵੀ, ਚਾਚਾ ਜੀ ਵੀ, ਇੱਕ ਚਾਚਾ ਜੀ ਮੇਰੇ ਫੌਜ 'ਚ ਸੀ। ਉਹਨਾਂ ਦਾ ਨਾਂ ਕੀ ਸੀ? ਮੁਖਤਾਰ ਅਹਿਮਦ। ਠੀਕ ਹੈ। ਤੁਹਾਡੇ ਦਾਦਾ ਜੀ ਵੀ ਆਰਮੀ 'ਚ ਸੀਗੇ? ਉਹ ਵੀ ਆਰਮੀ 'ਚ ਰਹੇ। ਉਹਨਾਂ ਦਾ ਕੀ ਨਾਂ? ਉਹਨਾਂ ਦਾ ਨਾਂ ਕਾਕਾ। ਠੀਕ। ਅਤੇ ਉਹ ਵੀ ਪਿਛਲੇ ਪਾਰਟੀਸ਼ਨ ਹੋਈ ਮਿਲਟਰੀ ਪਾਕਿਸਤਾਨੀ, ਜਿਹੜੇ ਮੁਸਲਮਾਨ ਮੁੰਡੇ ਬੰਦੇ ਮਿਲਦੇ ਸਨ ਉਹ ਉਹਨਾਂ ਨੂੰ ਲੈ ਕੇ ਪਾਕਿਸਤਾਨ ਆਉਂਦੇ ਸੀ। ਇਸੇ ਤਰ੍ਹਾਂ ਹੀ ਮੇਰਾ ਸਫ਼ਰ ਸ਼ੁਰੂ ਹੋਇਆ। ਫਿਰ ਰਿਸ਼ਤੇਦਾਰਾਂ ਕੋਲ ਰਹੇ, ਨਾਨਕਿਆਂ ਕੋਲ ਰਹੇ, ਚਾਚਾ ਜੀ ਆਰਮੀ ਸੀ ਅਤੇ ਮੈਂ ਉਹਨਾਂ ਨਾਲ ਰਿਹਾ, ਪੜ੍ਹਦੇ ਰਹੇ। ਅਤੇ ਸਕੂਲ ਕਿਹੜਾ ਪਿੰਡ 'ਚ ਸਕੂਲ ਹੈ ਸੀ ਤੁਹਾਡੇ 'ਚ? ਪਿੰਡ 'ਚ ਇੱਕ ਮੀਲ 'ਤੇ ਲੋਇਲ ਮਿਡਲ ਸਕੂਲ ਸੀ। ਕਿਹੜੇ ਪਿੰਡ 'ਚ ਸੀ ਉਹ? ਬਿਲਾਸਪੁਰ। ਬਿਲਾਸਪੁਰ 'ਚ ਸੀ, ਤਹਿਸੀਲ ਮੋਗਾ। ਤਹਿਸੀਲ ਮੋਗਾ ਸੀ ਉਸ ਵੇਲੇ, ਹੁਣ ਜ਼ਿਲ੍ਹਾ ਬਣ ਗਿਆ। ਹਾਂ। ਅਤੇ ਆਪਣਾ ਤੁਹਾਨੂੰ ਆਪਣੇ ਕੋਈ ਕਲਾਸ ਫੈਲੋ ਦੇ ਨਾਂ ਯਾਦ ਆ ਜਿਹੜੇ ਕੋਈ ਉੱਥੇ ਹੋਣ? ਹਾਂ, ਕਲਾਸ ਫੈਲੋ ਦੇ ਨਾਂ ਯਾਦ ਨੇ। ਅੱਛਾ। ਭਾਗੀ ਕਹਿੰਦੇ ਮੁੰਡੇ ਸਨ। ਅੱਛਾ। ਗੁਰਦੇਵ ਅਤੇ ਬਲਦੇਵ ਦੋ ਭਰਾ ਸੀ। ਗੁਰਦੇਵ ਅਤੇ ਬਲਦੇਵ ਕੌਣ ਸੀਗੇ ਕੌਮ ਦੇ? ਉਹ ਸਿੱਖ, ਜੱਟ ਸਿੱਖ ਸੀ। ਹਾਂਜੀ। ਅੱਛਾ। ਉਹ ਤੁਹਾਡੇ ਪਿੰਡ ਦੇ ਸੀ ਜਾਂ ਬਿਲਾਸਪੁਰ ਦੇ ਸੀ? ਉਹ ਭਾਗੀ ਕਹਿੰਦੇ ਸੀ। ਭਾਗੀ ਦੇ ਪਿੰਡ ਦੇ ਸੀ। ਅੱਛਾ। ਹੋਰ ਕੋਈ? ਭਾਗੀ ਕਿਆਂ ਤੋਂ ਬਿਲਾਸਪੁਰ ਪੜ੍ਹਨ ਆਉਂਦੇ ਹੁੰਦੇ ਸੀ। ਠੀਕ ਹੈ। ਹੋਰ ਕਿਸੇ ਦਾ ਨਾਂ ਯਾਦ ਹੋਵੇ? ਈਸ਼ਰ ਸਿੰਘ। ਈਸ਼ਰ ਸਿੰਘ। ਠੀਕ। ਅਸੀਂ ਪੈਦਲ ਜਾਂਦੇ ਸੀ ਇੱਕ ਮੀਲ। ਠੀਕ ਹੈ। ਰੇਤਾ ਹੁੰਦਾ ਸੀ। ਹਾਂ ਹਾਂ। ਰੇਗਿਸਤਾਨ। ਅੱਛਾ। ਉਹ ਫਿਰ ਮਾਸਟਰਾਂ 'ਚੋਂ ਵੀ ਕੋਈ ਤੁਹਾਨੂੰ ਯਾਦ ਹੈ? ਮਾਸਟਰ ਕਿਹੜੇ ਕਿਹੜੇ ਸੀ ਪੜ੍ਹਾਉਂਦੇ? ਮਾਸਟਰ ਅਬਦੁਲ ਮੀਰ ਸਾਹਿਬ। ਅੱਛਾ ਅੱਛਾ।
ਦੋ ਮੁਸਲਮਾਨ ਹੋਰ ਸੀ ਭਾਈ। ਅੱਛਾ, ਕੋਈ ਸਿੱਖ ਜਾਂ ਹਿੰਦੂ ਮਾਸਟਰ ਵੀ ਸੀ? ਉਹ ਮੁਸਲਮਾਨ। ਅੱਛਾ, ਇੱਕ ਹਿੰਦੂ ਸੀ ਮਾਸਟਰ, ਬੁੱਧ ਰਾਮ। ਬੁੱਧ ਰਾਮ ਬੁੱਟਰ ਤੋਂ ਆਉਂਦੇ ਹੁੰਦੇ ਸਾਈਕਲ 'ਤੇ, ਬੁੱਟਰ ਪਿੰਡ ਤੋਂ। ਹਾਂਜੀ। ਅੱਛਾ, ਬੜੀ ਹਿੰਮਤ ਵਾਲੇ ਬੰਦੇ ਸੀ। ਅੱਛਾ ਅੱਛਾ, ਅਤੇ ਮਾਸਟਰ ਅਬਦੁਲ ਹਮੀਦ ਸਾਹਿਬ ਕਿਹੜੇ ਪਿੰਡ ਦੇ ਸੀ? ਉਹ ਜ਼ੀਰੇ ਦੇ ਸੀ। ਜ਼ੀਰੇ ਤੋਂ ਆਉਂਦੇ ਸੀ, ਸ਼ਹਿਰ ਤੋਂ? ਨਹੀਂ, ਹਾਂ, ਉਹਨਾਂ ਬਿਲਾਸਪੁਰ ਆ ਕੇ ਮਕਾਨ ਲਿਆ ਸੀ। ਅੱਛਾ ਅੱਛਾ, ਮੇਰੇ ਨਾਲ ਉਹਨਾਂ ਦੀ ਬੜੀ ਬੜਾ ਪਿਆਰਾ ਬਸ ਸਾਡਾ। ਵਾਹ। ਮੈਂ ਇੱਕ ਦਿਨ ਉਹ ਮਲੇਰੀਏ 'ਚ ਮੁਬਤਲਾ ਹੋ ਗਿਆ, ਤਾਂ ਮੇਰਾ ਪਤਾ ਲੈਣ ਆਇਆ ਬਿਲਾਸਪੁਰੋਂ। ਵਾਹ, ਬੜਾ ਦਿਲ ਰਾਜ਼ੀ ਹੋਇਆ। ਫਿਰ ਉਹ ਪੰਜੀ ਪਾਸ ਕਰਕੇ ਫਿਰ ਅਸੀਂ ਤਖਤੂਪੁਰੇ ਜਾਣ ਲੱਗੇ। ਅੱਛਾ, ਤਖਤੂਪੁਰੇ ਸਕੂਲ ਨਵਾਂ ਬਣ ਗਿਆ ਸੀ। ਹਾਂ ਹਾਂ, ਫਿਰ ਵਾਪਸ ਘਰ। ਠੀਕ। ਉਹਨਾਂ ਚਿਰ ਮਿਲਟਰੀ ਫਿਰਨ ਲੱਗ ਗਈ। ਮੈਨੂੰ ਕਿਹਾ ਜੀ, ਇਹ ਮੁਸਲਮਾਨਾਂ ਦਾ ਮੁੰਡਾ। ਅੱਛਾ, ਉਹਨੂੰ ਮੈਨੂੰ ਵਿੱਚ ਪਾ ਲਿਆ ਮਿਲਟਰੀ ਵਾਲਿਆਂ ਨੇ, ਤੁਹਾਨੂੰ ਟਰੱਕ 'ਚ ਪਾ ਲਿਆ? ਹਾਂ। ਅੱਛਾ, ਰਾਤ ਨੂੰ 12 ਵਜੇ ਫਿਰੋਜ਼ਪੁਰ ਆ ਗਏ। ਫਿਰੋਜ਼ਪੁਰ। ਅੱਛਾ, ਤੁਸੀਂ ਮਤਲਬ ਸਕੂਲੋਂ ਹੀ ਆਉਂਦੇ ਪਏ ਸੀ ਹਜੇ, ਜਾਂ ਪਿੰਡ 'ਚ ਫਿਰਦੇ ਪਏ ਸੀ? ਪਿੰਡ 'ਚ ਹੀ ਫਿਰਦੇ ਪਏ। ਅੱਛਾ, ਉਹ ਉਹ ਫਿਰ ਸਕੂਲ ਤਖਤੂਪੁਰ ਛੱਡ ਕੇ ਫਿਰ ਅਸੀਂ ਘਰ ਆ ਗਏ। ਅਤੇ ਮਿਲਟਰੀ ਆ ਕੇ ਲੈ ਗਈ। 12 ਵਜੇ ਚਾਚਾ ਵੀ ਮਿਲ ਗਿਆ। ਅੱਛਾ, ਉਹਨਾਂ ਨੂੰ ਲੈ ਆਉਂਦਾ ਮੈਨੂੰ ਪਾਕਿਸਤਾਨ। ਠੀਕ। ਪਾਕਿਸਤਾਨ ਨਾਨਕੇ ਕੋਲ ਸੰਸਥਾ। ਠੀਕ। ਨਾਨਕੇ ਅੱਛੇ ਬੰਦੇ ਸੀ। ਅਤੇ ਉੱਧਰ ਫਿਰ ਤੁਹਾਡੇ ਜਿਹੜੇ ਜੀ ਸੀਗੇ ਉਹ ਸਾਰੇ ਆ ਗਏ ਜਾਂ ਕੁਛ ਰਹਿ ਵੀ ਗਏ? ਰਹਿ ਗਏ। ਰਹਿ ਜਿਹੜੇ ਉਹ ਕੌਣ ਕੌਣ ਸੀ? ਮੇਰੇ ਵਾਲਦ ਸਾਹਿਬ, ਚਾਚਾ ਜੀ। ਇਹ ਹਜੇ ਉੱਥੇ ਹੀ ਰਹਿ ਗਏ? ਉੱਥੇ ਹੀ ਰਹਿ ਗਏ। ਅੱਛਾ, ਵਾਲਦਾ ਵੀ ਉੱਥੇ ਹੀ? ਭਾਈ ਸੀ। ਅੱਛਾ, ਉੱਥੇ ਰਹਿ ਗਏ। ਠੀਕ। ਮੈਂ ਇਕੱਲੇ ਹੀ ਚੜ੍ਹਾ। ਤੁਸੀਂ ਇਕੱਲੇ ਇੱਥੇ ਆ ਗਏ, ਬਾਕੀ ਸਾਰੇ ਉੱਧਰ ਆ ਗਏ? ਹਾਂ। ਇਹ ਕਿਸ ਤਰ੍ਹਾਂ ਹੋਇਆ ਤੂੰ ਤੁਸੀਂ ਬਈ ਉਹ ਮੈਨੂੰ ਮਿਲਟਰੀ ਲੈ ਆਈ ਨਾ, ਉਹ ਮਿਲਟਰੀ ਵਾਲਿਆਂ 'ਚ ਵਾਕਫ ਸੀ ਕੋਈ? ਵਾਕਫ ਨਹੀਂ, ਉਹ ਮੁੰਡਿਆਂ ਨੇ ਕਹਿ ਦਿੱਤਾ ਸੀ ਮੁਸਲਮਾਨਾਂ ਦਾ ਮੁੰਡਾ। ਅੱਛਾ, ਉਹ ਉਸ ਵੇਲੇ ਕਹਿ ਰਹੇ ਹੁਣੇ ਵੀ ਇੱਥੋਂ ਜਾਣ, ਲੈ ਜਾਈ ਲੈ ਜਾਈ। ਹਾਂਜੀ। ਫਿਰ ਅੱਲਾ ਕੀਤਾ ਦੂਸਰੇ ਦਿਨ ਅਸੀਂ ਕਸੂਰ ਆ ਗਏ। ਅੱਛਾ, ਕਸੂਰ ਮੈਂ ਦੇਖਿਆ ਆ ਕੇ ਲੋਹੇ ਦੀਆਂ ਚਾਦਰਾਂ ਦਾ ਤੰਬੂ ਬਣੇ ਹੋਏ। ਅੱਛਾ, ਮੇਰਾ ਦਿਲ ਘਬਰਾ ਗਿਆ। ਅੱਛਾ, ਬਈ ਅਗਰ ਤਾਂ ਇਹ ਪਾਕਿਸਤਾਨ ਹੈ। ਹਾਂ। ਇੱਕ ਤਾਂ ਮੈਂ ਨਹੀਂ ਜਾਣਾ। ਹਾਂ ਹਾਂ, ਮੈਨੂੰ ਵਾਪਸ ਭੇਜ। ਹਾਂ ਹਾਂ, ਅਗਰ ਅੱਗੇ ਜਾਣਾ। ਹਾਂ, ਫਿਰ ਮੈਂ ਰਹੂੰਗਾ। ਅੱਛਾ, ਉਹ ਕਹਿੰਦੇ ਵੀ ਅੱਗੇ ਜਾਣਾ ਹਾਲੇ ਘਰੇ। ਅੱਛਾ ਅੱਛਾ, ਉੱਥੋਂ ਫਿਰ ਨਾਨਕਿਆਂ ਦੇ ਆ ਗਏ। ਹਾਂ, ਹਠਾਲ ਪਿੰਡ ਹੈ, ਹਠਾੜ, ਸ਼ੈਲਪੁਰ। ਅੱਛਾ, ਰਾਜੋਵਾਲ। ਉੱਥੋਂ ਫਿਰ ਆ ਕੇ ਸਕੂਲੇ ਉਕਾਲੇ ਪੜ੍ਹਦੇ ਰਹੇ। ਠੀਕ। ਪੈਸਾ ਵੀ ਫੌਜ ਚਲੇ ਗਏ। ਹਾਂ ਹਾਂ, ਮੈਂ ਹੁਣ ਪਾੜੇ ਪੜ੍ਹਦੇ ਰਹੇ, ਪੰਜੀ ਪੜ੍ਹਦੇ ਰਹੇ। ਹਾਂ, ਇਸ ਤੋਂ ਵਕਤ ਗੁਜ਼ਰਦਾ ਰਿਹਾ। ਅੱਛਾ, ਇਹ ਦੱਸੋ ਵੀ ਤੁਹਾਡੇ ਪਿੰਡ ਦਾ ਕੀ ਵੰਡ ਵਰਤ ਕਿੱਦਾਂ ਸੀ? ਕੌਣ ਕੌਣ ਲੋਕ ਸੀ? ਸਿੱਖ ਕਿੰਨੇ ਸੀ? ਮੁਸਲਮਾਨ ਕਿੰਨੇ ਸੀ? ਕਿਹੜੇ ਕਿਹੜੇ ਮੁਸਲਮਾਨਾਂ ਦੇ ਸੀਗੇ, ਕੌਮਾਂ ਸੀਗੀਆਂ? ਸਾਡੇ 5-7 ਘਰ ਮੁਸਲਮਾਨਾਂ ਦੇ ਸੀ। ਅੱਛਾ, ਸਿਰਫ 5-7 ਘਰ ਸੀ? ਹਾਂ, ਅਤੇ ਉਹ ਅਸੀਂ ਨਮਾਜ਼ ਪੜ੍ਹਦੇ ਹੁੰਦੇ ਸੀ ਮਸਜਿਦ 'ਚ। ਮਸਜਿਦ ਬਣੀ ਸੀ? ਹਾਂਜੀ, ਬੜੀ ਬਣੀ ਆ। ਮੈਂ ਗਿਆ ਸਾਨੂੰ ਨਫ਼ਲ ਪੜ੍ਹੇ। ਅੱਛਾ, ਇਹ ਤੁਹਾਡੇ ਇਹ ਵੀ ਗੱਲ ਕਰਦੇ ਹਾਂ, ਜਿਹੜਾ ਤੁਸੀਂ ਦੁਬਾਰਾ 1-2 ਦਫ਼ਾ ਗਏ ਆ, ਅਤੇ ਜਿਹੜੇ ਸਿੱਖ ਸੀਗੇ ਜਾਂ ਮੁਸਲਮਾਨ ਸੀ, ਉਹਨਾਂ ਦਾ ਵਰਤ ਵਰਤਾਰਾ ਕਿੱਦਾਂ ਦਾ ਸੀਗਾ ਸਿੱਖਾਂ ਦਾ ਹਿੰਦੂਆਂ ਦਾ ਮੁਸਲਮਾਨਾਂ ਨਾਲ? ਕੋਈ ਮਤਲਬ ਠੀਕ, ਕੋਈ ਗਲਤ ਨਹੀਂ ਸੀ।
ਅੱਛਾ ਅੱਛਾ ਭੈਣਾਂ ਭਰਾਵਾਂ ਤਰ੍ਹਾਂ ਰਹਿੰਦੇ। ਕੋਈ ਤੁਹਾਡੇ ਬਜ਼ੁਰਗਾਂ ਦੇ ਦੋਸਤ ਤਲਕਦਾਰ ਹੋਣ ਸਿੱਖਾਂ ਦੇ ਵਿੱਚੋਂ, ਕੋਈ ਬਜ਼ੁਰਗ ਕਿਹੜੇ ਸੀਗੇ ਉਹਨਾਂ ਚੋਂ ਸਰਕਰਦਾ ਬੰਦੇ? ਜਿੱਦਣ ਸਾਨੂੰ ਕਿਹਾ ਨਾ ਵੀ ਅੱਜ ਇੱਥੇ ਹਮਲਾ ਹੋਣਾ, ਤੁਸੀਂ ਖੇਤਾਂ ਚਲੇ ਜਾਓ, ਹਾਂ ਅਸੀਂ ਚਲੇ ਗਏ। ਅੱਛਾ, ਉੱਥੋਂ ਅੱਬਾ ਜੀ ਫਿਰ ਖੂਹ ਤੋਂ ਪਾਣੀ ਲਿਆ ਕੇ ਹਾਂ ਸਾਡੇ ਕੋਲ ਰਸਤਾ ਮਿਲ। ਅੱਛਾ, ਅਤੇ ਆਪ ਚਲੇ ਗਏ ਉਹਨਾਂ ਨੂੰ ਸਾਹਮਣੇ। ਹਾਂ ਹਾਂ ਸਿੱਖ ਮੋਟਰ ਭੱਜ ਲਿਆ। ਹਾਂ ਹਾਂ, ਅੱਗੇ ਤਿੰਨਾਂ ਸਿੱਖਾਂ ਨਾਲ ਉਹਨਾਂ ਦਾ ਟਕਰਾਅ ਹੋਇਆ। ਅੱਛਾ, ਤਿੰਨਾਂ ਕੋਲ ਤਲਵਾਰਾਂ ਸੀ। ਅੱਛਾ, ਦੋਵਾਂ ਨੇ ਭੇਜਿਆ। ਹਾਂ, ਇੱਕ ਨੇ ਫਿਰ ਅੱਬਾ ਜੀ ਦੇ ਝੁੱਲ ਦੇ ਵਿੱਚ ਤਲਵਾਰ ਮਾਰੀ। ਅੱਛਾ, ਅਤੇ ਅੱਲਾ ਕੀਤਾ ਤਾਕਤ ਦਿੱਤੀ ਉਹਨੂੰ ਅੱਲਾ ਨੇ। ਹਾਂ, ਉੱਥੋਂ ਟਾਲ ਟੂਲ ਮਾਰ ਕੇ ਹਾਂ ਪੱਠੇ, ਅਤੇ ਆਪਣੇ ਪਿੰਡ ਦੇ ਹੀ ਮੁੰਡੇ ਸੀਗੇ ਜਿਹੜੇ ਪੱਠੇ ਵੱਢ ਕੇ ਉੱਠ ਲੱਗਦੇ ਪਏ। ਅਤੇ ਉੱਥੋਂ ਦੇ ਸਿੱਖਾਂ ਦੇ? ਹਾਂ, ਅੱਛਾ ਪਿੰਡ ਦੇ ਹੀ ਸੀ। ਅੱਛਾ, ਉਹ ਫਿਰ ਉਹਨਾਂ ਨੇ ਪੱਠਿਆਂ ਦੇ ਉੱਪਰ ਭਾ ਲਿਆ ਅੱਬਾ ਜੀ ਨੂੰ। ਵਾਹ, ਪੁਰਾਣੇ ਜਾਂਦਿਆਂ ਨੇ ਸਾਫ਼ ਬੰਨ ਲਿਆ ਇੱਥੇ ਤੇ। ਅੱਛਾ, ਅਤੇ ਜਦੋਂ ਪਿੰਡ ਆ ਗਿਆ ਨੇੜੇ, ਉਹਨਾਂ ਸੋਚਿਆ ਵੀ ਹੁਣ ਆਪਾਂ ਇੱਥੇ ਮੰਜਾ ਮੁੰਜਾ ਦਾ ਇੰਤਜ਼ਾਮ ਕਰਕੇ ਇਹਨਾਂ ਨੂੰ ਮੰਜੇ ਦੇ ਜਾਈਏ। ਅਫਵਾਹ ਰਾਤ ਹੀ ਵੀ ਬਾਲੂ ਕੱਟਿਆ ਗਿਆ ਜਾਂ ਝੀਲ ਕੱਟਦੇ ਜਾਂ ਜਿੱਦਾਂ। ਹਾਂ ਹਾਂ, ਉਹ ਫਿਰ ਉਹਨਾਂ ਦੇ ਦੋਸਤ ਸੀ ਅੱਬਾ ਜੀ ਦੇ, ਈਸ਼ਰ ਅਤੇ ਕਾਕਾ। ਈਸ਼ਰ ਅਤੇ ਕਾਕਾ, ਉਹਨਾਂ ਨੇ ਅੱਬਾ ਜੀ ਨੂੰ ਮੰਜੇ 'ਤੇ ਚੁੱਕ ਕੇ ਹਾਂ ਘਰ ਲਿਆਂਦਾ। ਅੱਛਾ, ਵਾਲਦਾ ਸਾਹਿਬ ਕੋਠੇ 'ਤੇ ਸੀ, ਮੈਂ ਵੀ ਸੀ, ਹਾਂ ਬੱਚੇ ਵੀ ਸੀ। ਹਾਂ, ਅਤੇ ਮੰਜੀ ਥੱਲੇ ਪਈ ਸੀ। ਹਾਂ, ਉਹ ਵਾਲਦਾ ਦਾ ਹੱਥ ਟੁੱਟ ਗਿਆ, ਉਹਨਾਂ ਦਾ ਮੋਢਾ ਟੁੱਟ ਗਿਆ। ਤਕਲੀਫ ਦੂਸਰੀ ਆ ਗਈ, ਇੱਕ ਦੋਸਤ ਸੀ ਫੌਜੀ। ਅੱਛਾ, ਉਹਨੂੰ ਪੁੱਛਿਆ ਬਈ ਕੋਈ ਦੁਆ ਦਾਰੂ? ਹਾਂ, ਉਹਨਾਂ ਦੁਆ ਦਾਰੂ ਤਾਂ ਇਸ ਟਾਈਮ 'ਤੇ ਨਹੀਂ ਮਿਲਣੀ। ਹਾਂ, ਇੱਕ ਰਾਜ ਹੈਗਾ। ਹਾਂ, ਤੇਲ ਭੁੱਖ ਕੇ ਉੱਤੇ ਹਲਦੀ ਭੁੱਖੋ। ਅੱਛਾ, ਉਸ ਤੇਲ ਲਾ ਕੇ ਹਲਦੀ ਭੁੱਖਿਆ ਕਰੀ। ਠੀਕ, ਮਹੀਨਾ ਡੇਢ ਮਹੀਨਾ ਉਹ ਇਲਾਜ ਕੀਤਾ। ਵਾਲਦਾ ਸਾਹਿਬ ਦਾ ਮੋਢਾ ਚੜਾਇਆ। ਉਹ ਕਿੱਥੋਂ ਚੜਾਇਆ? ਉਹ ਇੱਕ ਸਿਆਣਾ ਸੀ, ਉਹਨੇ ਮੋਢਾ ਚੜਾਇਆ ਤਾਂ ਉਹਨੇ ਕਿਹਾ ਸਵਾ ਮਹੀਨਾ ਪਾਣੀ ਪਾਉਣਾ। ਇਹ ਪਾਕਿਸਤਾਨ ਉਜਾੜੇ ਪੈਣ ਤੋਂ ਪਹਿਲੇ ਦੀ ਗੱਲ ਹੈ? ਮਗਰੋਂ ਇੱਧਰ ਆ ਕੇ? ਨਹੀਂ, ਮੈਂ ਤਾਂ ਉੱਧਰ ਇੱਧਰ ਹੀ ਸੀ। ਤੁਸੀਂ ਇੱਧਰ ਸੀ, ਇਹ ਉੱਥੇ ਦੀ ਗੱਲ ਹੈ? ਤੁਸੀਂ ਤਾਂ ਆ ਗਏ ਹੈ, ਇਹ ਉੱਥੇ ਦੀ ਗੱਲ ਹੈ। ਅੱਛਾ, ਫਿਰ ਉੱਥੇ ਮੈਂ ਉਹ ਵਾਲਦਾ ਦਾ ਮੁੱਢ 'ਤੇ ਪਾਣੀ ਪਾਉਂਦਾ ਰਿਹਾ ਸਵਾ ਮਹੀਨਾ, ਉਹ ਅੱਲਾ ਨੇ ਆਰਾਮ ਦਿੱਤਾ। ਨਹੀਂ, ਤੁਸੀਂ ਤਾਂ ਇੱਧਰ ਨਹੀਂ ਸੀ। ਇੱਧਰ ਸੀ ਹਾਂ, ਅਤੇ ਉਸ ਤੋਂ ਪਹਿਲਾਂ ਜਿਹੜਾ ਵੱਖਰਾ ਸੀ। ਅੱਛਾ ਅੱਛਾ, ਉਹ ਫਿਰ ਉੱਥੇ ਹੀ ਗੁਜ਼ਾਰ ਗਿਆ। ਠੀਕ, ਦੱਸੋ। ਅੱਛਾ, ਇਹ ਦੱਸੋ, ਜਿਹੜੇ ਉਹ ਬੰਦੇ ਤੁਹਾਡੇ ਅੱਬਾ ਜੀ ਨੂੰ ਆਏ ਆ ਤਲਵਾਰਾਂ ਲੈ ਕੇ, ਉਹ ਕਿੱਥੋਂ ਦੇ ਸੀ? ਤੁਹਾਡੇ ਪਿੰਡ ਦੇ ਸੀ ਜਾਂ ਕਿਸੇ ਹੋਰ ਪਿੰਡ ਦੇ ਸੀ? ਹੋਰ ਪਿੰਡ ਦੇ ਸੀ। ਅੱਛਾ, ਉਹਨਾਂ ਨੇ ਫਿਰ ਉਸ ਵੇਲੇ ਚੱਕਰ ਇਹ ਸੀ ਹਾਂ ਜਿਹੜਾ ਵੀ ਮੁਸਲਮਾਨ ਹੋਵੇ ਹਾਂ ਉਹਦੇ ਚਿਹਰੇ 'ਚੋਂ ਪਤਾ ਲੱਗਦਾ। ਹਾਂ ਹਾਂ, ਕਿਉਂਕਿ ਖੌਫ ਅਤੇ ਡਰ ਡਰ ਸੀ ਉਹਦੇ ਨਾਲ ਰੰਗ ਚਿੱਟੇ ਹੋਏ ਪਏ। ਅਤੇ ਜਿਨ੍ਹਾਂ ਨੇ ਬਚਾਇਆ ਉਹਨਾਂ ਨੂੰ ਅਤੇ ਸਾਫਾ ਬੰਨ ਕੇ ਢਿੱਡ 'ਤੇ ਲੈ ਕੇ ਗਏ, ਉਹ ਈਸ਼ਰ ਅਤੇ ਕਾਕਾ ਸੀ? ਨਹੀਂ, ਹਾਂ ਉਹ ਹੋਰ ਮੁੰਡੇ ਸੀ, ਉਹ ਵੀ ਪਿੰਡ ਦੇ ਸੀ, ਸਿੱਖ ਸੀਗੇ ਉਹਨਾਂ ਨੇ ਆਪ ਸਿੱਖ ਸੀ। ਉਹਨਾਂ ਨੇ ਫਿਰ ਪਿੰਡ ਤੋਂ ਥੋੜ੍ਹੀ ਦੂਰ ਰੋਕਦੇ ਉੱਠ ਬਾ ਕੇ ਉਹਨਾਂ ਨੂੰ ਲਾਹ ਕੇ ਮੰਜਾ ਲੈ ਕੇ ਆਏ, ਉਹ ਮੰਜੇ 'ਚ ਪਾ ਕੇ ਫਿਰ ਘਰ ਲਿਆਂਦਾ। ਅਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਮਿਹਰਦੀਨ। ਮਿਹਰਦੀਨ, ਉਹਨਾਂ ਨੂੰ ਲੈ ਕੇ ਆਏ, ਉਹਨਾਂ ਦੇ ਤਲਵਾਰ ਮਾਰੀ ਉਹਨਾਂ ਨੇ ਸਿੱਧੀ। ਫਿਰ ਉਹ ਜ਼ਖਮ ਉਹਨਾਂ ਦਾ ਠੀਕ ਹੋਇਆ? ਜ਼ਖਮ ਉਹ ਵਧੀ ਨਹੀਂ ਠੀਕ। ਵਾਹ, ਜ਼ਰਾ ਜ਼ਿਆਦਾ ਗਹਿਰੀ ਨਹੀਂ ਨਾ ਲੱਗੀ ਹੋਣੀ? ਹੁਣ ਤਾਂ ਜਿਵੇਂ ਕੱਟਿਆ ਜਾਂਦਾ ਜਾਂ ਹੋਰ ਆਉਂਦਾ
ਪਿੰਡ ਦੇ ਸਰਪੰਚ ਦਾ ਕਿਸੇ ਹੋਰ ਮੋਹਤਬਰ ਬੰਦੇ ਦਾ ਨਾਂ ਯਾਦ ਹੈ, ਕਿਹੜਾ ਸੀ ਉਸ ਵੇਲੇ? ਪ੍ਰੇਮ ਸਿੰਘ। ਪ੍ਰੇਮ ਸਿੰਘ, ਪ੍ਰੇਮ ਸਿੰਘ ਉਹ ਸੀ ਪਿੰਡ ਚੋਂ ਅਮੀਰ ਆਦਮੀ ਸੀ। ਠੀਕ। ਕਾਫੀ ਜ਼ਮੀਨ ਨਾਲ ਸਹੀ। ਉਹਨਾਂ ਦੇ ਭੈਣ ਭਾਈ ਵੀ ਦੋਸਤ ਸੀ ਬਾਈ। ਫਿਰ ਅੱਲਾ ਨੇ ਵਿਚਾਰ ਦੇ। ਅੱਛਾ, ਆਪਣੇ ਫਿਰ ਚਾਚਾ ਜੀ ਦੀ ਗੱਲ ਸੁਣਾਓ, ਬਲਕਿ ਸਾਰੇ ਤੁਹਾਡੇ ਤਾਂ ਉੱਧਰ ਹੀ ਰਹਿ ਗਿਆ ਸੀ, ਉਹ ਫਿਰ ਉੱਧਰ ਹੀ ਰਹੇ? ਉੱਧਰ ਹੀ ਰਹੇ। ਅਤੇ ਤੁਹਾਨੂੰ ਕਦੋਂ ਪਤਾ ਲੱਗਾ ਜਾਂ ਉਹਨਾਂ ਨੂੰ ਕਦੋਂ ਪਤਾ ਲੱਗਾ ਵੀ ਤੁਸੀਂ ਇੱਥੇ ਪਹੁੰਚ ਗਏ? ਖਤੋਂ ਖਤਾਓ ਤੁਸੀਂ ਦਾਦਾ, ਤੁਹਾਨੂੰ ਪਤਾ ਸੀ ਕਿਹੜੇ ਪਿੰਡ 'ਚ ਆ ਗਏ ਤੁਸੀਂ, ਫਿਰ ਇੱਧਰੋਂ ਖਤ ਪਾਏ? ਹਾਂਜੀ, ਇੱਥੋਂ ਪਾਏ ਖਤ। ਠੀਕ। ਖੁਰਜੀਆਂ? ਖੁਰਜੀਆਂ, ਖੋਜੀਆਂ, ਖੁਜੀਆਂ, ਖੁਜੀਆਂ। ਠੀਕ। ਇਕੱਠਾ ਲਿਖਦੇ ਸੀ। ਅੱਛਾ ਅੱਛਾ ਅੱਛਾ। ਅਤੇ ਇਸ ਦੌਰਾਨ ਫਿਰ ਤੁਹਾਡੀ ਅੰਮੀ ਹੋਣੀ, ਤੁਹਾਡੀ ਵਾਲਦਾ ਅਤੇ ਵਾਲਦ, ਉਹਨਾਂ ਨੇ ਤਾਂ ਬੜਾ ਮਿਸ ਕੀਤਾ ਹੋਣਾ ਤੁਹਾਨੂੰ, ਪਤਾ ਕਰਦੇ ਹੋਣੇ ਆ ਵੀ ਸਾਡਾ ਬੇਟਾ ਗਿਆ? ਬੜਾ ਜੀ। ਇੱਕ ਭਰਾ ਆ ਉਹਨਾਂ ਦਾ, ਤੁਹਾਡਾ ਚਾਚਾ ਹੀ ਆ ਜਿਹੜੇ ਆਰਮੀ 'ਚ ਸੀ? ਅੱਛਾ। ਅਤੇ ਇੱਕ ਤੁਸੀਂ ਆਏ, ਬਾਕੀ ਵਾਲਦ, ਵਾਲਦਾ, ਸਾਰੇ ਰਿਸ਼ਤੇਦਾਰ ਸਭ ਉੱਧਰ? ਔਰ ਉੱਧਰ ਹੀ ਹੈ ਅਜੇ ਤੱਕ, ਉਸੇ ਪਿੰਡ 'ਚ? ਹਾਂਜੀ। ਅਤੇ ਮੈਂ ਗਿਆ ਸੀ। ਤੁਸੀਂ ਪਹਿਲੀ ਵਾਰੀ ਕਦੋਂ ਗਏ ਇਹ ਦੱਸੋ? 1970। 70? ਉਦੋਂ ਤੁਹਾਡੀ ਕਿੰਨੀ ਉਮਰ ਸੀ? ਉਮਰ ਕੋਈ ਲਾ ਲਓ ਤੁਸੀਂ ਦਾਦਾ, 30-32 ਸਾਲ। ਹਾਂ। ਫਿਰ ਕਿੱਧਰੋਂ ਦੀ ਗਏ, ਕਿਹਦੇ ਨਾਲ ਗਏ, ਇਹਦਾ ਹਾਲ ਦੱਸੋ। ਉਹ ਉਧਰੋਂ ਇੱਕ ਬੰਦਾ ਗਿਆ ਸੀ। ਹਾਂ। ਉਹਨੇ ਆ ਕੇ ਮੇਰੀ ਵਾਲ ਮੇਰੀ ਧਮਕੀਆਂ ਗੱਲਾਂ ਦੱਸੀਆਂ। ਅੱਛਾ। ਫਿਰ ਮੈਂ ਪਾਸਪੋਰਟ ਬਣਾ ਲਿਆ। ਅੱਛਾ। ਪਹਿਲੇ 300 ਰੁਪਏ ਫੀਸ ਸੀ। ਹਾਂ। 50, ਫਿਰ 100। ਹਾਂ। ਫਿਰ 200। ਹਾਂ। ਫਿਰ ਕਬੱਡੀ ਕੋਈ 400। ਇੱਥੋਂ ਇਕੱਲੇ ਗਏ ਜਾਂ ਹੋਰ ਵੀਰ ਗਏ ਤੁਹਾਡੇ ਨਾਲ? ਇਕੱਲੇ ਹੀ ਗਿਆ। ਅੱਛਾ। ਉਹ ਉਹਨਾਂ ਕੋਲ ਫਿਰ ਤੁਸੀਂ ਆਰਾਮ ਨਾਲ ਪਹੁੰਚ ਗਏ ਰਸਤੇ, ਕੋਈ ਯਾਦ ਸੀ ਤੁਹਾਨੂੰ? ਨਹੀਂ। ਹਾਂ। ਗੰਡਾ ਸਿੰਘ ਵਾਲਾ ਬਾਰਡਰ ਸੀ। ਅੱਛਾ ਅੱਛਾ। ਕਠੋਰੋਂ ਟ੍ਰੇਨ 'ਤੇ ਗਏ? ਨਹੀਂ, ਬਾਈ ਫੁੱਟ ਬੱਸ। ਬੱਸ 'ਤੇ, ਬੱਸ ਜਾਂਦੀ ਹੋਣੀ ਉਹ ਤਾਂ। ਫਿਰੋਜ਼ਪੁਰ ਗਏ। ਸਟੇਸ਼ਨ ਤੋਂ ਟਿਕਟ ਲਿਆ, ਸਟੇਸ਼ਨ ਤੋਂ ਬਾਅਦ ਫਿਰ ਮੋਗਾ ਆ ਗਿਆ। ਉੱਥੇ ਪਿੰਡ ਜਾਣੀ ਸੀ ਬੱਸ। ਸੇਵਕ ਬੱਸ ਸਰਵਿਸ। ਸੇਵਕ ਬੱਸ ਸਰਵਿਸ। ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਉਹ ਕਾਫੀ ਨਿਰਾਦ ਜੀ ਸੀ। ਉਹਨਾਂ ਨੂੰ ਪਤਾ ਸੀ ਵੀ ਤੁਸੀਂ ਇਸ ਤਾਰੀਖ ਨੂੰ ਆ ਰਹੇ ਹੋ? ਮੈਂ ਟੈਲੀਗ੍ਰਾਮ ਕੀਤੀ ਲਾਹੌਰੋਂ। ਅੱਛਾ। ਪਰ ਉਹ ਟੈਲੀਗ੍ਰਾਮ ਦਿੱਤੀ ਨਹੀਂ ਉਹਨਾਂ ਨੇ। ਠੀਕ। ਪੋਸਟਮੈਨ ਨੇ। ਹਾਂ ਹਾਂ। ਅੱਛਾ, ਤੁਸੀਂ ਗਏ ਤਾਂ ਅਚਾਨਕ ਫਿਰ ਚਲ ਗਏ? ਹਾਂ ਹਾਂ। ਅਤੇ ਕੀ ਕਰਦੇ ਪਏ ਸੀ ਘਰ ਵਾਲੇ ਉਦੋਂ? ਘਰ ਵਾਲੇ ਬਾਈ ਆਉਂਦੇ ਪਏ ਸੀ। ਅੱਛਾ। ਅਤੇ ਕਈਆਂ ਬੱਚਿਆਂ ਨੇ ਮੇਰੀ ਰਿਸ਼ਤੇਦਾਰਾਂ ਨੂੰ ਦੇਖਿਆ, ਮੈਨੂੰ ਦੇਖਿਆ, ਉਹ ਕਹਿੰਦੇ ਤਾਂ ਬਿਲਕੁਲ ਆਪਾਂ ਸ਼ਹੀਦਾਂ ਵਰਗ ਭੈਣ ਭਰਾ ਇੱਕੋ ਜਿਹਾ। ਇੱਕੋ ਜਿਹਾ। ਤੂੰ ਬੜੀ ਸੀ ਭੈਣ ਤੁਹਾਡੀ? ਛੋਟੀ ਸੀ। ਤੁਹਾਡੇ ਤਾਂ ਛੋਟੀ ਸੀ ਰਿਸ਼ਤੇਦਾਰ। ਅੱਛਾ। ਹੈ ਹਜੇ ਜ਼ਿੰਦਾ? ਹੁਣ ਬਹੁਤ ਹੋ ਗਈ। ਹਾਂ ਹਾਂ। ਉਹੀ ਗੁਰੂ ਸਰ ਸ਼ਤਾਬਦੀ ਹੋਈ। ਗੁਰੂ ਸਰ ਉਹ ਵੀ ਉੱਥੇ ਹੀ ਉਸੇ ਜ਼ਿਲ੍ਹੇ 'ਚ ਹੀ ਆ? ਜ਼ਿਲ੍ਹਾ ਬਠਿੰਡਾ 'ਚ। ਬਠਿੰਡਾ 'ਚ। ਠੀਕ। ਉਹ ਰਿਸ਼ਤੇਦਾਰ ਸੀ ਤੁਹਾਡੇ? ਹਾਂ, ਪੁਰਾਣੇ ਦੂਰੋਂ ਮਿਲ ਗਏ। ਠੀਕ। ਅੱਛਾ, ਫਿਰ ਤੁਹਾਡੀ ਅੰਮੀ ਨੇ, ਵਾਲਦਾ ਨੇ ਜਦੋਂ ਦੇਖਿਆ? ਵਾਲਦਾ ਨੂੰ ਦੇਖਿਆ ਉਹਨੇ ਟਾਵਲ ਟੂਵਲ ਚੁਣ ਕੇ ਰੱਖੇ ਹੋਏ ਸੀ। ਪੱਠੇ ਪਕਾਏ ਸੀ, ਸਾਰੇ ਬੱਚਿਆਂ ਨੇ ਇਕੱਠਿਆਂ ਨੇ ਖਾਧੇ। ਨਹੀਂ, ਜਦੋਂ ਤੁਹਾਨੂੰ ਦੇਖਿਆ ਤਾਂ ਫਿਰ ਕਿੱਦਾਂ ਰੋਈ ਫਿਰ? ਹਾਂ, ਰੋਣਾ ਹੀ ਸੀ। ਹਾਂ, ਬਹੁਤ ਦੁੱਖ। ਇਹ ਬੜਾ ਵੱਡਾ ਦੁੱਖ ਹੈ ਜੀ, ਪੰਜਾਬ ਦੀ ਤਾਰੀਖ ਤਾਂ ਇਹਨਾਂ ਦੀ ਬੜਾ ਵੱਡਾ ਦੁੱਖ। ਮੈਂ ਕਹਿੰਦਾ ਵੀ ਰਾਤ ਵੀ ਜਿਹੜੀ ਗੁਜ਼ਰਦੀ ਸੀ ਨਾ, ਰੋਕ ਹੀ ਗੁਜ਼ਰਦੀ। ਉੱਥੇ ਮਤਲਬ ਜਦੋਂ ਤੁਸੀਂ ਗਏ ਵੀ ਹੈ ਫਿਰ ਵੀ ਰੋਂਦੇ ਰਹਿੰਦੇ ਹੋਣੇ? ਹਾਂਜੀ, ਬੁੱਕ 'ਚ ਲੈ ਕੇ। ਹਾਂ ਹਾਂ। ਹਾਲਾਂਕਿ ਤੁਸੀਂ ਤਕੜੇ ਸੀਗੇ। ਹੈਂ। ਹਾਂ ਹਾਂ। ਮਾਂ ਤਾਂ ਫਿਰ ਮਾਂ ਹੁੰਦੀ ਨਾ।
ਬਾਲਾ ਸਾਹਿਬ ਵੀ ਰੋਏ? ਹਾਂ ਹਾਂ ਉਹ ਵੀ